ਇਹ ਕੋਠੀ ਆਪਾਂ ਲਈ ਹੋਈ ਹੈ ਰੈਂਟ 'ਤੇ। ਇਹਦੇ ਵਿੱਚ ਇੱਕ ਪੁਲਿਸ ਵਾਲਾ ਹੁੰਦਾ ਹੈ, ਇੱਕ ਅਫਸਰ ਹੁੰਦਾ ਹੈ, ਹੈ ਨਾ, ਅਤੇ ਇੱਕ ਕੈਮਰਾਮੈਨ ਸਾਡਾ, ਸਾਡੀ ਟੀਮ ਦਾ ਬੰਦਾ, ਸਾਡੇ ਬੰਦੇ ਕੈਮਰੇ ਹੈਂਡਲ ਕਰਦੇ ਆ। ਉਹ ਮੇਰੇ ਡੈਡੀ ਹੈ, ਚੋਬਰ ਗੱਭਰੂ ਹੈ ਜੀ। ਹਾਂ ਹਾਂ, ਕਿੱਡਾ ਭਾਈ ਨੱਕ ਦੇ। ਹਾਂਜੀ, ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ ਸਾਰਿਆਂ ਦੀ, ਸਵਾਗਤ ਹੈ ਨਵੀਂ ਵੀਡੀਓ 'ਚ, ਨਵੇਂ ਬਲੌਗ 'ਚ। ਕੱਲ੍ਹ ਮੈਂ ਪਟਿਆਲੇ ਆ ਗਿਆ ਸੀ ਅਤੇ ਪਟਿਆਲੇ ਤੋਂ ਅੱਜ ਬਲੌਗ ਸ਼ੁਰੂ ਕੀਤਾ ਹੈ। ਮੈਂ ਕਿਹਾ ਬਲੌਗ ਸ਼ੁਰੂ ਕਰੀਏ, ਆਪਾਂ ਰੋਜ਼ ਬਲੌਗ ਬਣਾਇਆ ਕਰੀਏ। ਤੁਸੀਂ ਕੱਲ੍ਹ ਵਾਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮਿੱਤਰੋ, ਬੜੇ ਕਮੈਂਟ ਆਏ ਵੀਰੇ ਤੁਸੀਂ ਕਿੱਥੇ ਰਹਿੰਦੇ ਹੋ ਪਟਿਆਲੇ ਅਤੇ ਕੀ ਕੰਮ ਕਰਨ ਆਏ ਹੋ। ਸੋ ਇਸ ਬਲੌਗ 'ਚ ਤੁਹਾਨੂੰ ਸਾਰਾ ਕੁਛ ਕਲੀਅਰ ਹੋਊਗਾ ਵੀ ਮੈਂ ਕਿੱਥੇ ਰਹਿੰਦਾ ਹੈ ਅਤੇ ਕੀ ਕੰਮ ਕਰਦੇ ਹਾਂ ਅਸੀਂ। ਠੀਕ ਹੈ ਜੀ, ਜੁੜੇ ਰਹੋ ਵੀਡੀਓ ਦੇ ਨਾਲ। ਘਰੇ ਚਾਹੇ ਮੂੰਹ ਨਾ ਧੋਂਦੇ ਹੁਣ, ਉਰੇ ਰੋਜ਼ ਨਹਾਉਂਦੇ ਨਾਲ ਨਾਰੀਅਲ ਦਾ ਤੇਲ ਹੈ। ਇਹ ਸਹੇਲੀ ਪਈ ਹੈ ਹਲੇ, ਉੱਠ ਜਾਓ, ਟਾਈਮ ਨਹੀਂ ਹੋਇਆ, 12 ਵੱਜ ਗਏ ਤੇਰੇ। ਇਹ ਵਿਚਾਰੇ ਜਿਹੜੇ ਡਿਊਟੀਆਂ ਕਰਕੇ ਆਏ ਹੋਏ ਨੇ ਉਹ ਸੁੱਤੇ ਪਏ ਨੇ ਸਾਡੇ ਭਾਈ। ਚਲੋ ਸੋ ਜਾਓ। ਚੂਹੇ ਵੰਗਣਾ ਨੂੰ ਰੋਟੀ ਬਣਾਉਣੀ ਆ ਗਈ। ਹੁਣ ਹੁਣ ਘਰ ਵਾਲੀ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜੇ ਇਹਦੀ ਘਰ ਵਾਲੀ ਦੇਖ ਰਹੀ ਹੈ ਵੀਡੀਓ ਤਾਂ ਦੇਖ ਲੈ, ਬਸ ਹੁਣ ਤਿਆਰ ਹੋ ਗਿਆ ਮੁਰਗਾ। ਦਾਲ ਘੱਟ ਗਈ, ਆਲੂ ਬਣਾਉਣੇ ਪੈ ਰਹੇ, ਹੈ ਨਾ। ਇੱਧਰ ਚੋਬਰੂ ਵੀ ਫਰੈਸ਼ ਹੋ ਗਏ ਨਹਾਉਣ, ਉਹਦੇ ਨਵੇਂ ਕੱਪੜੇ ਪਾ ਲਏ ਅਤੇ ਬਸ ਤੈਨੂੰ ਨਹੀਂ, ਬਸ ਪਹੁੰਚਣ ਆ ਰਹੀ ਹੈ ਗੱਭਰੂ ਹੋਣੀ। ਹਾਂਜੀ, ਆਹਦੀ ਰੋਟੀ ਗ੍ਰੇਵੀ ਨਾ ਲਿਆ ਵਿਚਾਰਾ। ਤੁਸੀਂ ਉਹਨਾਂ ਨੂੰ ਬੱਸ ਸਟੈਂਡ ਤੋਂ ਲੈਣ ਜਾਣਾ ਅਤੇ ਆਹ ਕੋਠੀ ਆ, ਇਹ ਕੋਠੀ ਆਪਾਂ ਲਈ ਹੋਈ ਹੈ ਰੈਂਟ 'ਤੇ। ਇੱਥੇ ਬਰਗਰ ਪੀਜ਼ੇ ਵਾਲੇ ਵੀ ਆ। ਗੱਦੇ ਤੋਂ ਪੰਜ ਵਾਤੇ ਹੈ ਸੁੱਕਣੇ, ਪਾਣੀ ਪੜਾਓ। ਇਹ ਵੀ ਬੰਦਾ ਗਰੇ ਦਾ, ਬਾਕੀ ਇੱਧਰ ਆ ਕੇ ਸੌ ਗਏ ਨੇ। ਭੂਤੀਆ ਬੰਗਲਾ ਹੈ ਬਾਬੇ ਹੋਏ, ਇੱਧਰ ਸਾਰੇ ਕਮਰੇ ਖਾਲੀ ਪਏ ਆ ਵੀ, ਇੱਧਰ ਕੋਈ ਨਹੀਂ ਜਾਂਦਾ ਪਿੱਛੇ, ਸਾਰੇ ਡਰਦੇ ਹੈ, ਸਾਰੇ ਖਾਲੀ ਪਿਆ ਪਿੱਛੇ। ਅਤੇ ਉਹ ਦੇਖੋ ਛੋਟੇ ਜਿਹੇ ਕਾਕੇ ਦੀ ਫੋਟੋ ਲੱਗੀ ਹੋਈ ਹੈ। ਇਹ ਕੋਠੀ ਬੰਦ ਸੀ ਜਦੋਂ ਇਹ ਆਏ ਸੀ ਨਾ, ਤਾਂ ਬੜਾ ਗੰਦ ਪਿਆ ਸੀ, ਸਾਰਾ ਸਾਫ਼ ਕੀਤਾ, ਪਰ ਕਾਫ਼ੀ ਟਾਈਮ ਤੋਂ ਬੰਦ ਹੈ ਕੋਠੀ। ਡਰ ਵੀ ਲੱਗਦਾ ਇੱਥੇ ਰਹਿੰਦੇ ਹੋਏ, ਪਰ ਕਹਿੰਦੇ ਨਹੀਂ, ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ, ਰੱਬ ਰਾਖਾ। ਹੁਣ ਪਰਿਵਾਰ ਲਈ ਸਾਰਾ ਕੁਛ ਕਰਨਾ ਪੈਂਦਾ ਹੈ, ਕਿਤੇ ਵੀ ਰਹਿਣਾ ਪੈ ਸਕਦਾ ਹੈ, ਜਿਵੇਂ ਦੀ ਰੁੱਖੀ ਮਿੱਸੀ ਮਿਲਦੀ ਹੈ ਉਵੇਂ ਦੀ ਖਾਣੀ ਪੈਂਦੀ ਹੈ, ਵੀ ਸਭ ਕੁਛ ਕਰਨਾ ਪੈਂਦਾ ਮਤਲਬ ਲਾਈਫ 'ਚ, ਹੈ ਨਾ, ਇਹ ਸਟਰਗਲ ਹੁੰਦਾ ਹੈ। ਸੋ ਆਪਾਂ ਦੱਬਦੇ ਨਹੀਂ ਹੈ ਕਿਉਂਕਿ ਰੋਟੀ ਖਾਣੀ ਹੈ। ਹੁਣ ਦੋ ਬੱਚੇ ਹੋ ਗਏ, ਫੈਮਿਲੀ ਵੱਡੀ ਹੋ ਰਹੀ ਹੈ, ਹੈ ਨਾ, ਅਤੇ ਡੈਡੀ ਵੀ ਬਜ਼ੁਰਗ ਹੋ ਰਹੇ ਨੇ, ਪਹਿਲਾਂ ਡੈਡੀ ਕਰੀ ਜਾਂਦੇ ਸੀ, ਹੁਣ ਡੈਡੀ ਨੂੰ ਕੋਸ਼ਿਸ਼ ਹੈ ਵੀ ਉਹਨੂੰ ਘਰੇ ਬਿਠਾਇਆ ਸੀ ਡੈਡੀ ਨੂੰ, ਪਰ ਫਿਰ ਵੀ ਡੈਡੀ ਚਲੇ ਜਾਂਦੇ ਆ ਕਈ ਵੱਡੀਆਂ ਗੱਡੀਆਂ ਹੋ ਗਈਆਂ। ਹਾਂਜੀ, ਇਹ ਦੇਖੋ ਇਹ ਗੱਡੀਆਂ, ਇਹਨਾਂ ਦੇ ਉੱਪਰ ਕੈਮਰਾ ਲੱਗਿਆ ਵਾ,
ਤੇ ਉਹ ਕਨਾਲ ਆ ਗਿਆ ਸਾਡਾ ਆੜੀ ਸਾਡੀ ਟੀਮ ਦਾ ਬੰਦਾ। ਹਾਂ ਕਨਾਲ ਵਧੀਆ ਆ ਗਿਆ ਡਿਊਟੀ ਕਰਕੇ, ਨਾਈਟ ਗਿਆ ਨਾਈਟ। ਇਹ ਸਾਡੀਆਂ ਗੱਡੀਆਂ, ਮਤਲਬ ਵੀ ਇਹਦੇ ਵਿੱਚ ਇੱਕ ਪੁਲਿਸ ਵਾਲਾ ਹੁੰਦਾ ਹੈ, ਇੱਕ ਅਫਸਰ ਹੁੰਦਾ ਹੈ, ਹੈ ਨਾ, ਅਤੇ ਇੱਕ ਕੈਮਰਾਮੈਨ ਸਾਡਾ, ਸਾਡੀ ਟੀਮ ਦਾ ਬੰਦਾ, ਸਾਡੇ ਬੰਦੇ ਕੈਮਰੇ ਹੈਂਡਲ ਕਰਦੇ ਆ। ਇੱਕ ਗੱਡੀ ਉਹ ਦੂਆ ਡਰਾਈਵਰ ਪਰ ਲੰਘ ਗਿਆ। ਅੱਛਾ ਚਲੋ ਜੀ, ਆਪਾਂ ਵੀ ਰੈਡੀ ਹੋ ਗਏ, ਹੁਣ ਮੈਂ ਚੱਲਿਆ ਬੱਸ ਸਟੈਂਡ ਉਹਨਾਂ ਨੂੰ ਲੈਣ। ਲਓ ਜੀ, ਹਾਂ ਜੀ ਡਰਾਈਵਰ ਸਾਹਿਬ ਆ ਗਏ ਬੱਸ ਸਟੈਂਡ, ਆਪਾਂ ਲੈਣ ਚੱਲੇ ਹੁਣ ਉਹਨਾਂ ਨੂੰ ਬੱਸ ਸਟੈਂਡ ਤੋਂ। ਬੱਸ ਸਟੈਂਡ ਯੂਨੀਵਰਸਿਟੀ ਦੇ ਕੋਲ ਹੀ ਹੈ। ਕਹਿੰਦਾ ਗੁੱਡ ਮੋਰਨਿੰਗ ਉਹਨਾਂ ਨੂੰ ਜਿਹੜੇ ਸੋਚਦੇ ਆ ਇਹ ਸੁੱਤਾ ਪਿਆ ਹੀ ਰਹਿ ਜੇ। ਬੱਸ ਸਟੈਂਡ ਕਿੰਨੀ ਦੂਰ ਰਹਿ ਗਿਆ ਭਾਅ ਜੀ? ਇੱਕ ਪੈਨ ਸੀਜ਼ਨਾਂ 'ਤੇ ਚੱਲੀਆਂ। ਉਹ ਮੇਰੇ ਡੈਡੀ ਹੈ, ਚੋਬਰ ਗੱਭਰੂ ਹੈ ਜੀ, ਇਹ ਮੇਰੇ ਨਾਲ ਹੀ ਸ਼ੂਟਿੰਗ, ਜਿਵੇਂ ਅਸੀਂ ਗਾਣੇ ਗੁਣੇ ਬਣਾਉਂਦੇ ਹਾਂ, ਵੀਡੀਓ ਵੀਡੀਓ ਸ਼ੂਟ ਕਰਦੇ ਮੇਰੇ ਨਾਲ ਹੀ। ਫੋਨ ਆ ਗਿਆ ਕਹਿੰਦੇ ਮਾਇਰਾ ਆ ਗਿਆ, ਪਾਰੀ ਕਰੋ ਪਾਪਾ ਨੂੰ। ਹਾਂਜੀ ਗੱਭਰੂ ਜੀ ਕੀ ਹਾਲ ਹੈ, ਪਹੁੰਚ ਗਏ ਪਹੁੰਚ ਗਏ ਤੁਸੀਂ? ਵਧੀਆ ਟਾਈਮ ਸਿਰ ਪਹੁੰਚ ਗਏ, ਰੋਟੀ ਪਾਣੀ ਦੇ ਟਾਈਮ ਪਹੁੰਚ ਗਏ, ਰੋਟੀ ਪਾਣੀ ਬਣਾ ਕੇ ਹਟੇ ਸੀ ਅਸੀਂ। ਹਾਂਜੀ ਸਰ ਕਿੱਦਾਂ? ਸਤਿ ਸ੍ਰੀ ਅਕਾਲ ਜੀ। ਡੈਡੀ ਅੱਜ ਸ਼ਰਮਾ ਜੇ ਕੇ ਬੈਠੇ ਹਨ। ਡੈਡੀ ਇੰਨਾ ਕਦੋਂ ਸ਼ਰਮਾ ਰਿਹਾ? ਪਹਿਲੀ ਵਾਰੀ ਨਿਕਲਿਆ ਨਾ ਡੈਡੀ ਘਰੋਂ ਬਾਹਰ ਚੱਕ ਛੋਟਾ ਜੰਨੀ ਕਿਆ ਹੋਇਆ? ਇੱਧਰ ਹਲਵਾਈ ਸਾਹਿਬ ਆਏ ਹੋਏ ਨੇ, ਅੱਜ ਨਵੇਂ ਨਵੇਂ ਚਾਚੂਆਂ ਕੋਲ ਜਾ ਰਿਹਾ ਹੈਗਾ ਵਾ ਨਾ ਹੈਗਾ। ਤੇਰੇ ਮੁੱਛਾਂ ਆਉਂਦੀਆਂ ਨੀ ਦਿਖਾਈ ਦਿਖਾਈ? ਆਲੂ ਪਕੌੜੇ ਦੇ ਦਰਸ਼ਨ ਕਰੋ, ਆਲੂ ਪਕੌੜੇ ਅੱਜ ਛੋਟੇ ਨੇ ਬਣਾਏ ਆਲੂ ਪਕੌੜੇ। ਮਾਇਰਾ ਕੋਕੀ ਕੋਕੀ ਲੋ ਭਾਈ ਲੋ ਕੋਕ ਪਾ ਲੋ। ਤੈਨੂੰ ਇਹਦਾ ਪਤਾ ਨਹੀਂ ਹੈਗਾ, ਇਹ ਜੇ ਗੁੱਸੇ 'ਚ ਆ ਜਾਵੇ ਨਾ ਆਪਣਾ ਹੀ ਪੱਤ ਕੈਚ ਕਰਕੇ ਸੁੰਘ ਲੈਂਦਾ। ਆ ਗਿਆ ਕਰਤੇ ਕੰਮ। ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਉਣ ਮੱਖੀਆਂ ਨਹੀਂ ਹੁਣ ਮੱਛਰ ਆ ਗਏ। ਗਲਾਸ ਵੀ ਤਾਂ ਦਸ ਗਲਾਸ ਵੀ ਕਿਸੇ ਲਿਆਏ ਟੁੱਟੇ ਹੋਏ।
ਗਲੀਆਂ ਵਾਲੇ ਗਲਾਸ ਚੂਹਿਆਂ ਦੇ ਉਤਰੇ ਹੋਏ ਆ, ਦਿਖਾਓ ਇਹਨਾਂ ਨੂੰ ਗਲਾਸ। ਬਾਬਾ ਜੀ ਇੱਚ ਗਲਾਸ ਪਾ ਲਓ ਹੁਣ। ਆ ਗਿਆ ਬਣਾ ਰਿਹਾ ਲੱਸੀ ਲਾਈਟਾਂ ਕਿਆ ਚਲੋ ਲਓ ਜੀ ਜਿਹੋ ਜਿਹੇ ਕੱਪੜੇ ਹੋਏ ਜਿਹੜੇ ਤੇਰਾ ਰੰਗ ਹੋਇਆ ਵਾ। ਤੂੰ ਬਾਹਰ ਨਾ ਜਾਇਆ ਕਰ ਧੁੱਪਾਂ ਵਾ ਬਾਬੇ, ਕਿਤੇ ਐ ਹੋਵੇ ਵੀ ਤੇਰੇ ਨਾਲ ਬੱਲਮ ਟੰਗਣਾ ਪਵੇ। ਛੋਟਾ ਕਿਤੇ ਗਿਆ ਪ੍ਰੀਤ ਨੂੰ ਧੁੱਪਾਂ ਮਾਰਾ ਕੱਢਿਆ ਕਰ ਬਾਹਰ। ਮੈਂ ਤਾਂ ਸੇਮ ਟੂ ਸੇਮ ਮੈਚਿੰਗ ਕਰੀ ਫਿਰਦਾ ਮੇਰੇ ਨਾਲ। ਨਾ ਤੁਸੀਂ ਬੋਡੀਗਾਰਡ ਹੋ, ਸਿਰਫ ਗਾਰਡ ਹੋ। ਥੈਂਕ ਯੂ ਥੈਂਕ ਯੂ ਥੈਂਕ ਯੂ। ਬੋਡੀ ਤਾਂ ਕਿਤੇ ਹੈ ਹੀ ਨਹੀਂ ਵੀਰੇ, ਤੂੰ ਬੋਡੀਗਾਰਡ ਕਿਵੇਂ ਕਹਿੰਦਾ ਆਪਣੇ ਆਪ ਨੂੰ? ਬੋਡੀ ਬਥੇਰੀ ਆ ਸਾਡੀ, ਚਾਰ ਇੱਕ ਨਹੀਂ ਤਾਂ ਚਾਰ ਪੰਜ ਤਾਂ ਢਾਈ ਲਵਾਂਗੇ। ਜੇ ਚਾਰ ਪੰਜਾਂ ਸਾਨੂੰ ਢਾਲੇ ਸਾਨੂੰ ਕੋਈ ਪਤਾ ਨਹੀਂ। ਦੇਖੋ ਐਂ ਪਰਿਵਾਰ ਹੋਏ ਨਾ ਇਕੱਠੇ ਬੈਠ ਕੇ ਰੋਟੀ ਖਾਂਦੇ ਨੇ। ਆਹ ਦੇਖੋ ਕੌਂ, ਸਵਾਦ ਬਣੀ ਸਬਜ਼ੀ ਬਾਈ? ਗੱਭਰੂ ਨੂੰ ਵੀ ਦਿਓ ਰੋਟੀ ਯਾਰ, ਚੰਨੋ ਨੂੰ ਵੀ ਰੋਟੀ ਦਿਓ ਯਾਰ, ਉਹਨਾਂ ਨੇ ਤਾਂ ਖਾ ਲਈ। ਭਾਅ ਜੀ ਨੂੰ ਤਾਂ ਚੱਲ ਦੇਖ ਰੋਟੀ ਪਾ ਗਿਆ ਨਾ ਭਾਅ ਜੀ। ਭਾਅ ਜੀ ਸਵਾਦ ਹੈ ਸਬਜ਼ੀ? ਪੱਕੀ ਗੱਲ ਹੈ, ਤਾਰੀਫ ਕਰਿਆ ਕਰੋ ਮੇਰੀ ਮਾੜੀ ਜੀ, ਮੈਨੂੰ ਮਾੜਾ ਜਿਹਾ ਚਬਲਾਇਆ ਕਰੋ। ਗੱਭਰੂ ਹੱਸ ਪਿਆ ਤਾਂ ਇਹਦਾ ਮਤਲਬ ਕਿ ਗੱਲ ਬਣ ਗਈ। ਇੱਧਰ ਦਹੀਂ ਬਣਾਉਣ 'ਤੇ ਰੱਖੇ ਹੋਏ ਨੇ, ਸਾਡੇ ਬੂੰਦੀ ਬਣਾ ਰਹੇ ਨੇ। ਓਏ ਹਾਂ ਤਾਂ ਠੀਕ ਹੈ, ਦਹੀਂ ਬਣਾਈ, ਦਹੀਂ ਖਿਲਾਈ ਮੈਂ ਸਾਰੇ ਹੀ ਹਿੱਲਦਾ ਦੇਖੀ, ਜਿਵੇਂ ਸਪਰਿੰਗ ਘੋਟਾ ਬਣਾ ਰਿਹਾ ਹੁੰਦਾ। ਹਾਂ ਗੱਭਰੂ ਜੀ ਡਿਨਰ 'ਚ ਕੀ ਖਾਓਗੇ ਜੀ? ਸਰ ਡਿਨਰ 'ਚ ਕੀ ਖਾਓਗੇ? ਹੈਲੋ ਏਕਮ, ਇਹ ਕੰਮ ਲਓ ਜੀ, ਚਾਹ ਬਣ ਰਹੀ ਆ ਹੁਣ। ਕਹਿੰਦੇ ਸ਼ਾਮ ਦੀ ਕੜਕਨਾਥ ਚਾਏ, ਇਹ ਵੀਰ ਆਪਣਾ ਉੱਤਰਾਖੰਡ ਤੋਂ ਆਇਆ ਵਾ ਸਪੈਸ਼ਲ ਚਾਹ ਵਾਸਤੇ। ਇਹ ਦਿਹਾੜੀ ਉਹ ਸਿਰਫ ਇਕੱਲੀ ਚਾਹ ਬਣਾਉਣ ਦੀ 1300 ਰੁਪਏ ਲਾਉਂਦਾ ਇੱਕ ਘੰਟੇ ਦੀ। ਸੋ ਇਹਦਾ ਨੰਬਰ ਬਾਇਓ 'ਚ ਦਿੱਤਾ ਹੋਇਆ, ਕੰਟੈਕਟ ਕਰ ਸਕਦੇ ਹੋ। ਨਾਮ ਕੀ ਆ ਭਾਅ ਜੀ ਆਪਣਾ? ਨਾਮ ਤਾਂ ਦੱਸੋ, ਦੰਦ ਕੱਢ ਰਹੇ ਹੂੰ। ਵੈਸੇ ਨੂੰ ਪਿੰਡ 'ਚ ਉੱਖਲ ਉੱਖਲ ਕਹਿੰਦੇ ਆ। ਹਾਂਜੀ ਠੀਕ ਹੈ ਠੀਕ। ਅੱਛਾ ਅੱਛਾ ਅੱਛਾ, ਇਹਨੂੰ ਤਾਂ ਬੋਕ ਕਹਿੰਦੇ ਜਿਹੜਾ ਪਿਆ ਹੈ। ਲਓ ਜੀ ਗੱਭਰੂ ਜੀ ਬੈਠੇ ਨੇ, ਗੱਭਰੂ ਜੀ ਚਾਹ ਆ ਰਹੀ ਆ ਹੁਣ, ਠੀਕ ਹੈ ਜੀ ਸ਼ਾਮ ਦੀ। ਹੋਰ ਕੁਛ ਦੱਸ ਦਿਓ ਫਿਰ, ਹੁਣ ਮੰਗਵਾਇਆ ਜਾਊਗਾ, ਹੋਰ ਕੁਛ ਤਾਂ ਨਹੀਂ ਪੀਣਾ ਹੈ? ਦਿਲ ਤਾਂ ਨਹੀਂ ਕਰ ਰਿਹਾ ਮਾਇਰਾ? ਅੱਡ ਜੱਟ ਜਿਉਣਾ ਮੋੜ ਮੰਗਣਾ ਟਿੱਕਾ ਲਾਈ ਫਿਰਦੀਆਂ ਵਿਚਕਾਰ। ਬਹੁਤ ਤਰ੍ਹਾਂ ਦੇ ਬੰਦੇ ਨੇ ਮਿੱਤਰੋ, ਆਹ ਦੇਖੋ ਇਹ ਆਸ਼ਕ ਕੈਟਾਗਰੀ 'ਚ ਆਉਂਦੇ ਨੇ, ਹੈ ਨਾ ਬਾਈ?
ਇਹ ਆਸ਼ਕ ਨੇ ਉਹ ਵੀ ਭੂੰਡ ਕਹਿੰਦਾ ਜੇ ਆਸਮਾਨ ਮੈਂ ਜਾਣਾ ਨਾ ਤਾਂ ਆਵਾਜ਼ ਬਣ ਆਵਾਜ਼ ਤੀਵੀਂ ਆਵਾਜ਼ ਨਹੀਂ ਗੱਭਰੂ ਕਈ ਵਾਰ ਹੱਸ ਪੈਂਦਾ ਡਾਇਲੋਗਾਂ ਤੇ ਅੱਜ ਦੇ ਅੱਜ ਇੱਕ ਚੀਜ਼ ਨੋਟ ਕਰੀਏ ਗੱਭਰੂ ਜੀ ਨੂੰ ਦੇਖੋ ਸਾਰੇ ਕਮੈਂਟ ਕਰਕੇ ਦੱਸੋ ਗੱਭਰੂ ਜੀ ਅੱਜ ਕਿਵੇਂ ਲੱਗ ਰਹੇ ਨੇ ਪਰਸਨੈਲਿਟੀ ਚੈੱਕ ਕਰੋ ਮੈਂ ਦੀ ਰੰਗੀ ਪੱਗ ਬਣ ਕੇ ਲੱਗਦਾ ਏ ਛੋਟਾ ਬਿੰਦ ਰੱਖਿਆ ਆ ਦੇਖੀਂਦਰ ਚਾਹ ਪਾਉਣ ਦਾ ਸਟਾਈਲ ਤੇਰੀ ਤਾਂ ਕੋਲੀ ਵਾਲੀ ਹੈ ਜਿਹੜੇ ਭੂੰਡ ਆਸ਼ਕਾਂ ਉਹਨਾਂ ਵਾਸਤੇ ਕੋਲੀਆਂ ਮਾਊਗੀ ਚਾਹ ਨਹੀਂ ਜੀ ਇਹਦੀ ਇਹ ਆਸ਼ਕ ਨਹੀਂ ਇਹਦਾ ਵਿਆਹ ਹੋਇਆ ਵਾ ਇਹਦਾ 7 ਸਾਲ ਦਾ ਰਿਲੇਸ਼ਨ ਤੇ ਦੱਸਣ ਲੱਗਿਆ ਮੌਤ ਪੈਂਦੀ ਹੈ ਵੀ ਸ਼ੋਅ ਨਾ ਹੋ ਜਾਈਏ ਅਸੀਂ ਵਿਆਹ ਹੋਏ ਹਾਏ ਹਾਏ ਕਿੱਡਾ ਭਾਈ ਨੱਕ ਦੇਖਦਾ ਹਾਲੇ ਦਾ ਕਿੱਡਾ ਬੋਲੋ ਮੂੰਹ ਦੇਖ ਕੇ ਪਤਾ ਲੱਗਦਾ ਵੀ ਚੂਹੀ ਕਿੰਨਾ ਕੁ ਮੂੰਹ ਦੇਖੀ ਇਹਨੂੰ ਦੇਖ ਕੇ ਨਾ ਮੱਲੋ ਮੱਲੀ ਸ਼ਰਮ ਜੀ ਆ ਜਾਂਦੀ ਹੈ ਨਾ ਇਹ ਕੁੜੀਆਂ 'ਚ ਹੈ ਨਾ ਬੰਦਿਆਂ 'ਚ ਹੈ ਵਿਚਾਰਾ ਹੈ ਤਾੜੀ ਮਾਰ ਕੇ ਦਿਖਾਈ ਤੈਨੂੰ ਤਾੜੀ ਬੜੀ ਘੈਂਟ ਮਾਰ ਉਹ ਨਹੀਂ ਉਵੇਂ ਬੋਲ ਕੇ ਦਿਖਾਈ ਜਿਵੇਂ ਉੱਧਰ ਮੋਟਰਸਾਈਕਲ ਪਰ ਬੋਲ ਰਿਹਾ ਸੀ ਸਤਾਰੇ ਲੱਗੇ ਹੋਏ ਨੇ ਜਿੰਨਾ ਦਿੱਤਾ ਦਾਤੀਏ ਨਜ਼ਾਰੇ ਲੱਗੇ ਹੋਏ ਨੇ ਇਥੋਂ ਪਤਾ ਲੱਗਦਾ ਦੇਖਿਆ ਲੋਕ ਮੈਨੂੰ ਮੈਂ ਪਤਾ ਇਹ ਚੀਜ਼ ਕਾਹਤੋਂ ਦਿਖਾਈ ਆ ਵੀ ਲੋਕ ਕਹਿਣਗੇ ਵੀ ਇਹ ਬੰਦੇ ਨੂੰ ਕਾਹਤੋਂ ਜੈਂਡ ਕਹੀ ਜਾਂਦਾ ਇਹਨੂੰ ਇੰਨੀ ਬੇਇੱਜ਼ਤੀ ਇਹਦੀ ਕਾਹਤੋਂ ਕਰੀ ਜਾਂਦਾ ਏਡੇ ਵੱਡੇ ਬੰਦੇ ਦੀ ਇਹਦੀ ਬੇਇੱਜ਼ਤੀ ਤੇ ਇਹਦਾ ਜਲੂਸ ਇਹਨੂੰ ਮੈਂ ਤਾਂ ਕਹਿ ਰਿਹਾ ਇਹ ਦੇਖੋ ਕਹਿਣ ਦੀ ਲੋੜ ਹੀ ਨਹੀਂ ਇੱਥੋਂ ਪਤਾ ਲੱਗਦਾ ਵੀ ਇਹ ਜੈਂਡ ਹੈ ਤੂੰ ਮੈਨੂੰ ਐਂ ਦੱਸ ਤੂੰ ਓਏ ਓਏ ਤੇਰਾ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੂੰ ਖਾਣਾ ਪੀਣਾ ਨਹੀਂ ਆਉਂਦਾ ਡੰਗਰਾਂ ਪਸ਼ੂਆਂ ਵਾਂਗ ਰਹਿੰਦੇ ਆ ਉਹ ਦੇਖ ਉੱਧਰ ਦਿਖਾ ਡੰਗਰਾਂ ਪਸ਼ੂਆਂ ਵਾਂਗ ਰਹਿੰਦੇ ਆ ਨਾ ਰਹਿਣਾ ਸਹਿਣਾ ਨਹੀਂ ਆਉਂਦਾ ਇਹਦਾ ਟਾਪਾ ਇਹਦਾ ਟਾਪਾ ਦਿਖਾਉਂਦਾ ਜੀ ਚ ਪਾਣੀ ਪੈਂਦਾ ਆ ਦੇਖੋ ਔਖਾ ਤੇਰਾ ਬਾਬੇ ਇਹਨੇ ਕਾਲੇ ਕੱਪੜੇ ਕਾਹਤੋਂ ਪਾਏ ਤੂੰ ਦੱਸ ਸੋ ਇਸੇ ਦੇ ਨਾਲ ਮਿੱਤਰੋ ਅੱਜ ਦਾ ਬਲੌਗ ਹੈ ਜਿਹੜਾ ਇੱਥੇ ਖਤਮ ਕਰਦੇ ਹਾਂ ਆਪਾਂ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਅੱਜ ਦਾ ਬਹੁਤ ਘੈਂਟ ਲੱਗਿਆ ਹੋਊਗਾ ਸੋ ਨੈਕਸਟ ਬਲੌਗ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਬਲੌਗ 'ਚ ਬਾਏ ਬਾਏ